ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ 'ਚ ਲੈ ਕੇ ਮੈਂ ਹਾਜ਼ਰ ਹੋਇਆ ਹਾਂ, ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਨਿੰਮ ਦੀ ਧੁਨੀ ਦੀ ਗੱਲ ਕਰਾਂਗੇ। ਜਿਹੜੇ ਵੀ ਕਰਜ਼ ਤੋਂ ਪਰੇਸ਼ਾਨ ਨੇ, ਜਾਂ ਦੁਸ਼ਮਣਾਂ ਤੋਂ ਪਰੇਸ਼ਾਨ ਨੇ, ਜਾਂ ਕਿਸੇ ਨੂੰ ਡਰ ਲੱਗਦਾ, ਜਾਂ ਕਿਸੇ ਨੂੰ ਪੈਸੇ ਧੇਲੇ ਦੀ ਤੰਗੀ ਆ, ਤਾਂ ਇਹ ਜਿਹੜੀ ਧੁਨੀ ਆ ਇਹ ਤੁਹਾਡੇ ਸਾਰੇ ਕੰਮ ਰਾਸ ਕਰੇਗੀ। ਇਹਨੂੰ ਹੁਣ ਤੁਸੀਂ ਕਰਨਾ ਕਿੱਦਾਂ, ਇਸ ਵੀਡੀਓ ਦੇ ਅੰਤ ਤੱਕ ਤੁਸੀਂ ਬਣੇ ਰਹਿਣਾ, ਤੁਹਾਨੂੰ ਸਾਰਾ ਪੂਰੀ ਡਿਟੇਲ ਦੇ ਵਿੱਚ ਇਹਦੇ ਵਿੱਚ ਬਾਰੇ ਦੱਸਿਆ ਜਾਏਗਾ। ਇਕੱਲੀ ਇਕੱਲੀ ਗੱਲ ਮੈਂ ਸਮਝਾ ਕੇ ਪੂਰੀ ਜਾਣਕਾਰੀ ਦੇ ਕੇ ਜਾਵਾਂਗਾ, ਤਾਂ ਕਿ ਤੁਹਾਨੂੰ ਕੋਈ ਕਿਸੇ ਦੀ ਵੀ ਸਮੱਸਿਆ ਨਾ ਆਵੇ। ਤਾਂ ਪਹਿਲਾਂ ਜਿਹੜੇ ਸਾਡੇ ਚੈਨਲ 'ਤੇ ਹਜੇ ਨਵੇਂ ਆਏ ਨੇ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਘੰਟੀ ਵਾਲੇ ਬਟਨ ਨੂੰ ਦਬਾ ਦਿਓ, ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ। ਹੁਣ ਗੱਲ ਕਰਦੇ ਹਾਂ ਨਿੰਮ ਦੀ ਛਾਲ ਦੀ ਧੁਨੀ ਦੀ, ਉਹ ਕਿੱਦਾਂ ਦੇਣੀ ਆ ਅਤੇ ਕਿੱਦਾਂ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਓਗੇ, ਜਿਹੜੀ ਜਿਹੜੀ ਸਮੱਸਿਆ ਤੁਹਾਡੇ ਉੱਤੇ ਚੱਲ ਰਹੀ ਆ। ਹੁਣ ਦੋਸਤੋ, ਜੇ ਮੰਨ ਲਓ ਤੁਹਾਡੇ 'ਤੇ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਕਰਜ਼ਾ, ਤਾਂ ਵੀ ਇਹਦੇ ਵਰਤੋਂ ਕੀਤੀ ਜਾਣੀ ਆ, ਅਤੇ ਜੇ ਤੁਹਾਡੇ ਦੁਸ਼ਮਣ ਤੁਹਾਡਾ ਨੁਕਸਾਨ ਕਰਦੇ ਤਾਂ ਵੀ ਤੁਸੀਂ ਇਸ ਧੁਨੀ ਦਾ ਪ੍ਰਯੋਗ ਕਰ ਸਕਦੇ ਹੋ। ਜੇ ਤੁਹਾਡੇ 'ਤੇ ਕਰਜ਼ਾ ਹੈ ਤਾਂ ਵੀ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ, ਜੇ ਡਰ ਲੱਗਦਾ ਅਤੇ ਤਾਂ ਵੀ ਇਸ ਧੁਨੀ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ, ਜਾਂ ਫਿਰ ਕੋਈ ਤੁਹਾਨੂੰ ਸੱਟ ਪਿੱਟ ਲੱਗ ਗਈ ਹੋਈ ਉੱਥੇ ਵੀ ਇਹ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਕਿੱਦਾਂ ਇਹਦਾ ਪ੍ਰਯੋਗ ਕਰਨਾ ਸਾਰਾ ਤੁਹਾਨੂੰ ਮੈਂ ਦੱਸਦਾ ਹਾਂ, ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਿਨਾਂ ਸਕਿੱਪ ਕੀਤੇ ਹੋਏ। ਹੁਣ ਤੁਸੀਂ ਕਰਨਾ ਕੀ ਆ, ਮੰਨ ਲਓ ਤੁਹਾਡੇ ਦੁਸ਼ਮਣ ਤੁਹਾਡਾ ਨੁਕਸਾਨ ਕਰ ਰਹੇ ਨੇ, ਤੁਹਾਡੇ ਦੁਸ਼ਮਣ ਤੁਹਾਡੇ 'ਤੇ ਵਾਰ 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 ਕਰਦੇ ਪਏ ਨੇ, ਚਾਹੇ ਉਹ ਜਾਦੂ ਟੂਣਾ ਕਰਕੇ ਕਰਦੇ ਹੋਣ, ਚਾਹੇ ਕੋਈ ਇਲਮ ਕਰਦੇ ਹੋਣ ਤੁਹਾਡੇ ਉੱਤੇ, ਤੁਸੀਂ ਇਸ ਚੀਜ਼ ਤੋਂ ਘਬਰਾਉਣਾ ਨਹੀਂ ਗਾ। ਤੁਸੀਂ ਕੀ ਕਰਨਾ ਆ, ਤੁਸੀਂ ਕੀ ਕਰਨਾ ਆ, ਥੋੜ੍ਹੀ ਜਿਹੀ ਜਿਹੜੀ ਕਹਿ ਲਓ ਕਿ ਜਿਹੜੀ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਜਾ ਕੇ ਨਿੰਮ ਦੀ ਛਾਲ ਲੈ ਆਉਣੀ ਆ, ਉਹ ਤੁਸੀਂ ਨਿੰਮ ਦੀ ਜਿਹੜੀ ਛਾਲ ਆ ਕਿਲੋ ਦੋ ਕਿਲੋ ਲਿਆ ਕੇ ਪਹਿਲੇ ਰੱਖ ਲੈਣਾ, ਠੀਕ ਹੈ ਜੀ। ਤਾਂ ਕਿ ਇਹਦਾ ਸਾਰਾ ਤੁਹਾਨੂੰ ਮੈਂ ਪ੍ਰਯੋਗ ਦੱਸੂੰਗਾ, ਕਿਉਂ ਕਰਕੇ ਇਹਦੀ ਜਿਹੜੀ ਆਪਾਂ ਰਾਖ ਆ ਉਹ ਵੀ ਤਿਆਰ ਕਰਨੀ ਹੈ ਧੁਨੀ ਤੋਂ, ਜਿਹੜੀ ਰਾਖ ਆ ਉਹ ਬਾਕੀ ਦੇ ਕੰਮਾਂ ਦੇ ਵਿੱਚ ਅਸੀਂ ਪ੍ਰਯੋਗ ਕਰਨੀ ਆ, ਇਹਨੂੰ ਪਹਿਲਾਂ ਤਿਆਰ ਕਰਨਾ ਪੈਣਾ। ਤੁਸੀਂ ਨਿੰਮ ਦੀ ਛਾਲ ਲਿਆ ਕੇ 2 ਕਿਲੋ, ਅਤੇ ਥੋੜ੍ਹੀ ਜਿਹੀ ਤੁਸੀਂ ਲਿਆਉਣੀ ਗੁੱਗਲ, ਠੀਕ ਹੈ ਜੀ, ਅਤੇ ਨਿੰਮ ਦੇ ਪੱਤੇ ਲੈ ਲੈਣੇ ਆ, 1 ਕਿਲੋ ਕੁ ਪੱਤੇ ਲੈ ਲਿਓ ਨਿੰਮ ਦੇ ਪੱਤੇ, ਜਿਹੜੇ ਸੁੱਕੇ ਪੱਤੇ, ਜੇ ਤੁਹਾਨੂੰ ਇਹ ਤਾਂ ਵੈਸੇ ਪੰਸਾਰੀ ਦੇ ਮਿਲ ਜਾਂਦੇ, ਜੇ ਪੰਸਾਰੀ ਤੋਂ ਨਹੀਂ ਮਿਲਦੇ ਤਾਂ ਨਿੰਮ ਤੁਸੀਂ ਕਿਤੇ ਵੀ ਦੇਖ ਕੇ ਉਹਦੀ ਕਟਾਣੀ ਲੈ ਕੇ ਉੱਤੋਂ ਕਾਫੀ ਉਹਦੇ ਜਿਹੜੇ ਪੱਤੇ ਧੁੱਪ 'ਚ ਸੁਕਾ ਕੇ ਉਹਨੂੰ ਤੁਸੀਂ ਵਰਤ ਸਕਦੇ ਹੋ। ਹੁਣ ਤੁਸੀਂ ਕਰਨਾ ਕੀ ਆ, ਇਹ ਚੀਜ਼ਾਂ ਤੁਹਾਨੂੰ ਤੁਸੀਂ ਇਕੱਠੀਆਂ ਕਰਨੀਆਂ, ਪਹਿਲਾਂ ਤਾਂ ਜ਼ਰੂਰੀ ਸੀ ਦੱਸਣਾ ਤੁਹਾਨੂੰ, ਗੁੱਗਲ ਅਤੇ ਨਿੰਮ ਦੀ ਛਾਲ ਅਤੇ ਨਿੰਮ ਦੇ ਪੱਤੇ, ਇਹ 3 ਚੀਜ਼ਾਂ ਨੂੰ ਤੁਸੀਂ ਲੈ ਲੈਣਾ, ਠੀਕ ਹੈ ਜੀ। ਫਿਰ ਇਹਨੂੰ ਤੁਸੀਂ ਕੀ ਕਰਨਾ, ਇਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਤਿਆਰ ਕਰਨਾ ਹੈ। ਇਸ ਜਿਹੜੇ ਸਮਾਨ ਨੂੰ ਕਿੱਦਾਂ ਤਿਆਰ ਕਰਨਾ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਤੁਹਾਡੇ ਦੁਸ਼ਮਣ ਤੁਹਾਡੇ 'ਤੇ ਵਾਰ ਕਰਦੇ, ਤੁਸੀਂ ਇਹਨੂੰ ਕੀ ਕਰਨਾ, ਤੁਸੀਂ ਥੋੜ੍ਹੀ ਜਿਹੀ ਦੇਖੋ ਥੋੜ੍ਹੀ ਜਿਹੀ ਲੈਣੀ ਆ ਆਪਣੀ ਨਿੰਮ ਦੀ ਛਾਲ, ਨਿੰਮ ਦੀ ਛਾਲ ਦੇ ਵਿੱਚ ਥੋੜ੍ਹੀ ਜਿਹੀ ਗੁੱਗਲ ਪਾ ਲੈਣੀ ਆ, ਇਹਨੂੰ ਤੁਸੀਂ ਕਿਸੇ ਪਾਥੀ ਦੇ ਕੰਢੇ ਉੱਤੇ ਜਾਂ ਲੱਕੜ ਦੇ ਉੱਤੇ ਪਾ ਕੇ ਇਹਨੂੰ ਚਾਲ ਲੈਣਾ, ਚਲਾ ਕੇ ਇਹਦੀ ਧੁਨੀ ਦੇਣੀ ਆ, ਠੀਕ ਹੈ। ਜੇ ਤੁਹਾਡੇ ਦੁਸ਼ਮਣ ਤੁਹਾਡੇ 'ਤੇ ਵਾਰ ਕਰਦੇ ਨੇ, ਵਾਰ ਵਾਰ ਨੁਕਸਾਨ ਕਰਦੇ, ਪੂਰੇ ਘਰ ਦੇ ਵਿੱਚ ਇਸ ਧੁਨੀ ਦਾ ਤੁਸੀਂ ਧੂਣਾ ਦੇਣਾ ਆ ਪੂਰੇ ਘਰ ਦੇ ਵਿੱਚ, ਤਾਂ ਕਿ ਜਿਹੜੇ ਤੁਹਾਡੇ ਦੁਸ਼ਮਣ ਤੁਹਾਡੇ 'ਤੇ ਵਾਰ ਕਰ ਰਹੇ ਨੇ, ਕੋਈ
ਬੁਰੀਆਂ ਚੀਜ਼ਾਂ ਚੀਜ਼ ਭੇਜ ਰਹੇ ਨੇ, ਬੁਰਾ ਕੋਈ ਨੁਕਸਾਨ ਕਰ ਰਹੇ ਨੇ, ਤਾਂ ਉਹ ਜਿਹੜੀ ਵੀ ਚੀਜ਼ ਹੋਏਗੀ ਤੁਹਾਡੀ ਘਰ 'ਚੋਂ ਚਲੀ ਜਾਏਗੀ। ਫਿਰ ਤੁਸੀਂ ਉਹ ਜਿਹੜੀ ਰਾਖ ਹੋਏਗੀ ਧੁਨੀ ਦੀ ਇਸ ਦੀ, ਉਹਨੂੰ ਤੁਸੀਂ ਕਿਸੇ ਚਲਦੇ ਪਹਾੜੀ 'ਚ ਵਹਾ ਦੇਣੀ ਆ, ਠੀਕ ਹੈ। ਫਿਰ ਤੁਸੀਂ ਅਗਲਾ ਹੁਣ ਜਿਹੜਾ ਪ੍ਰਯੋਗ ਤੁਹਾਨੂੰ ਦੱਸਣ ਲੱਗਾ ਪੂਰੀ ਤੁਸੀਂ ਸੁਣ ਲੈਣਾ, ਕਿਉਂ ਕਰਕੇ ਬੜੀ ਇਹ ਜਿਹੜੀ ਗੱਲ ਦੱਸਣ ਲੱਗਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸਣੀ। ਅਤੇ ਫਿਰ ਦੂਜਾ ਜਿਹੜਾ ਤੁਸੀਂ ਪ੍ਰਯੋਗ ਕਰਨਾ, ਜੇ ਤੁਹਾਡੇ 'ਤੇ ਮੰਨ ਲਓ ਕਰਜ਼ਾ ਆ, ਠੀਕ ਹੈ, ਕਰਜ਼ਾ ਆਇਆ ਤਾਂ ਤੁਸੀਂ ਜਿਹੜੀ ਇਹ ਨਿੰਮ ਦੇ ਛਾਲ ਹੈ ਉਹਨੂੰ ਲੈ ਲੈਣਾ। ਨਿੰਮ ਦੀ ਛਾਲ ਲੈ ਕੇ ਇਹਦੀ ਜਿਹੜੀ ਕਿਸੇ ਵੀ ਤੁਸੀਂ ਸ਼ਿਵਜੀ ਦੇ ਮੰਦਰ ਚਲੇ ਜਾਣਾ। ਜੇ ਸ਼ਿਵ ਮੰਦਰ ਨਹੀਂ ਜਾ ਸਕਦੇ, ਘਰ ਦੇ ਵਿੱਚ ਤੁਸੀਂ ਸ਼ਿਵਜੀ ਮਹਾਰਾਜ ਦੀ ਫੋਟੋ ਰੱਖ ਲੈਣੀ ਅੱਗੇ, ਤਾਂ ਤੁਸੀਂ ਕੜਾਹੀਏ ਦੇ ਵਿੱਚ ਇਹ ਜਿਹੜਾ ਸਮਾਨ ਹੈ ਰੱਖ ਲੈਣਾ, ਅਤੇ ਇਹਨੂੰ ਜਿਹੜੀ ਧੂਣੀ ਆ ਇਹ ਦੇਣੀ ਆ ਉੱਥੇ ਘਰ ਦੇ ਵਿੱਚ ਧੂਣੀ ਦੇ ਕੇ, ਅਤੇ ਸ਼ਿਵ ਭੋਲੇ ਨੂੰ ਅਰਦਾਸ ਕਰਨੀ ਹੈ, ਅਤੇ ਓਮ ਨਮ ਸ਼ਿਵਾਏ ਦਾ 108 ਵਾਰ ਜਾਪ ਕਰਦੇ ਹੋਏ ਇਸ ਧੂਣੀ ਦੀ ਤੁਸੀਂ ਉਹ ਦੇਣੀ ਆ ਆਪਣੀਆਂ ਕੀ ਉਹਨੂੰ ਕਹਿੰਦੇ ਆ ਹਵਨ ਪਾਉਣਾ ਆ ਧੂਣੀ ਜਿਸ ਵਿੱਚ, ਠੀਕ ਹੈ। ਉਹ ਤੁਸੀਂ ਗੂਗਲ ਦਾ ਪਾਉਣਾ ਇਹ ਥੋੜ੍ਹਾ ਥੋੜ੍ਹਾ ਕਰਕੇ, ਥੋੜ੍ਹਾ ਧੂਫ ਪਾ ਲੈਣਾ ਥੋੜ੍ਹਾ ਜਿਹਾ ਕਰਕੇ, ਤੁਸੀਂ ਇਹਦੀ 108 ਵਾਰ ਕਰ ਲੈਣੀ ਆ। ਅਤੇ ਫਿਰ ਜਿਹੜੀ ਇਹਦੀ ਰਾਖ ਹੋਏਗੀ, ਇਸ ਰਾਖ ਨੂੰ ਤੁਸੀਂ ਕੀ ਕਰਨਾ, ਸ਼ਿਵਜੀ ਦੇ ਮੰਦਰ ਲੈ ਜਾਣਾ। ਸ਼ਿਵਜੀ ਦੇ ਮੰਦਰ ਲਿਜਾ ਕੇ ਇਸ ਰਾਖ ਦੀ ਤੁਸੀਂ ਸ਼ਿਵ ਭਗਵਾਨ ਨੂੰ ਸ਼ਿਵਲਿੰਗ ਦੇ ਉੱਤੇ ਜਾ ਕੇ ਇਹ ਜਿਹੜੀ ਰਾਖ ਹੈ ਉਹਨੂੰ ਇਹਦੀ ਤੁਸੀਂ ਲੇਪ ਕਰਨੀ ਹੈ, ਤਿਲਕ ਲਗਾਉਣਾ, ਉਹਨਾਂ ਸ਼ਿੰਗਾਰ ਕਰਨਾ, ਠੀਕ ਹੈ। ਅਤੇ ਜਿਹੜਾ ਵੀ ਤੁਹਾਡਾ ਕਰਜ਼ ਹੋਏਗਾ, ਜੋ ਵੀ ਤੁਹਾਡੇ 'ਤੇ ਕਰਜ਼ ਦੀ ਪਰੇਸ਼ਾਨੀ ਚੱਲਦੀ ਹੋਏ, ਤੁਹਾਡਾ ਕਰਜ਼ ਥੋੜ੍ਹੇ ਦਿਨਾਂ ਦੇ ਵਿੱਚ ਉਤਰ ਜਾਏਗਾ। ਇਹ ਜਿਹੜਾ ਪ੍ਰਯੋਗ ਆ ਤੁਸੀਂ ਸੋਮਵਾਰ ਨੂੰ ਕਰਨਾ ਆ, ਜਦੋਂ ਵੀ ਇਹ ਕਰਜ਼ ਮੁਕਤੀ ਲਈ ਕਰਨਾ ਆ, ਜਿਹੜੀ ਰਾਖ ਲੈ ਕੇ ਜਾਣੀ ਹੈ ਸੋਮਵਾਰ ਤੋਂ ਸ਼ੁਰੂ ਕਰਨੀ ਹੈ, ਅਤੇ 5 ਸੋਮਵਾਰ ਕਰਨੇ ਆ। ਅਤੇ ਜਿਹੜੀ ਤੁਹਾਨੂੰ ਦੂਜੀ ਦੱਸੀ ਆ ਕਿ ਤੁਸੀਂ ਜਿਹੜੀ ਦੁਸ਼ਮਣਾਂ ਦਾ ਨਾਸ਼ ਕਰਨ ਲਈ, ਇਹ ਵੀ ਤੁਸੀਂ ਸੋਮਵਾਰ ਨੂੰ ਸ਼ੁਰੂ ਕਰਨੀ ਹੈ, ਅਤੇ ਇਹ ਘਰ ਦੇ ਵਿੱਚ ਕਰਨੀ ਹੈ, ਠੀਕ ਹੈ ਜੀ। ਤੀਜੀ ਹੁਣ ਜਿਹੜੀ ਹੈਗੀ ਆ ਜਿਹੜਾ ਕਿ ਆਪਾਂ ਨੂੰ ਧਨ ਦੀ ਜਿਹੜੀ ਸਮੱਸਿਆ ਜਿਹੜੀ ਉਹਦੇ ਲਈ ਕੀ ਕਰਨਾ, ਹੁਣ ਤੁਸੀਂ ਕੀ ਕਰਨਾ ਹੈ। ਪਹਿਲਾਂ ਜਿੱਦਾਂ ਦੱਸਿਆ ਉੱਦਾਂ ਹੀ ਇਹਦਾ ਵੀ ਪ੍ਰਯੋਗ ਨੂੰ ਇੱਦਾਂ ਹੀ ਕਰਨਾ ਹੈ। ਜੇ ਕੋਈ ਧਨ ਦੀ ਸਮੱਸਿਆ ਹੈ ਤਾਂ ਤੁਸੀਂ ਸ਼ਿਵਜੀ ਦੇ ਮੰਦਰ ਦੇ ਵਿੱਚ ਜਿਹੜੀ ਰਾਖ ਹੈ, ਇਹ ਜਿਹੜੀ ਧੂਣੀ ਦੀ ਰਾਖ ਹੈ ਉਹ ਲੈ ਜਾਣੀ ਹੈ। ਇਹਨੂੰ ਰਾਖ ਨੂੰ ਲਿਜਾ ਕੇ ਸ਼ਿਵਲਿੰਗ ਦੇ ਉੱਤੇ ਇਹਦਾ ਅਭਿਸ਼ੇਕ ਕਰਕੇ ਧੂਣੀ ਦਾ ਜਿਹੜਾ ਆਪਾਂ ਜਿਹੜੀ ਭਸਮ ਆ ਉਹਦੀ ਆਰਤੀ ਕਰਨੀ ਆ, ਭਸਮ ਲਗਾ ਕੇ ਉਹਨਾਂ ਦੀ ਆਰਤੀ ਕਰਕੇ ਓਮ ਨਮਃ ਸ਼ਿਵਾਏ ਦਾ 108 ਵਾਰ ਜਾਪ ਕਰਨ ਤੋਂ ਬਾਅਦ ਉੱਥੇ ਅਰਦਾਸ ਬੇਨਤੀ ਕਰਨੀ ਹੈ ਕਿ ਭੋਲੇਨਾਥ ਨੂੰ, ਹੇ ਸ਼ਿਵ ਸ਼ੰਕਰ ਭਗਵਾਨ ਜੀ, ਸਾਡੇ 'ਤੇ ਇਹ ਸਮੱਸਿਆ ਆ, ਇਹ ਸਾਡੀ ਦੂਰ ਹੋ ਜਾਵੇ। ਅਤੇ ਜਿਹੜੀ ਇਹ ਜਿਹੜੀ ਤੁਸੀਂ ਕੰਮ ਕਰਨੇ ਆ, ਇਹ 5 ਸੋਮਵਾਰ ਕਰਨੇ ਆ, ਇਹ ਵੀ ਤਾਂ ਤੁਹਾਡੇ ਪੈਸਿਆਂ ਦੀ ਤੰਗੀ ਦੂਰ ਹੋ ਜਾਏਗੀ। ਹੁਣ ਤੁਸੀਂ ਆ ਜਾਓ, ਉਹ ਵੀ ਜੇ ਕਿਸੇ ਨੂੰ ਡਰ ਲੱਗਦਾ ਹੋਵੇ ਇਸ, ਫਿਰ ਜਿਹੜੀ ਇਹ ਜਿਹੜੀ ਤੁਸੀਂ ਧੂਣੀ ਦਿੱਤੀ ਹੋਊਗੀ, ਜਿਹੜੀ ਧੂਣੀ ਦਿੱਤੀ ਆ ਉਹਦੀ ਰਾਖ ਲੈ ਕੇ ਜੇ ਕਿਸੇ ਨੂੰ ਡਰ ਲੱਗਦਾ, ਤਾਂ ਇਹ ਰਾਤ ਨੂੰ ਆਪਣੇ ਮੱਥੇ ਉੱਤੇ ਇਹਦਾ ਤਿਲਕ ਲਗਾ ਕੇ ਸੌਵੇ। ਤਾਂ ਬੱਚਿਆਂ ਨੂੰ ਵੀ ਜੇ ਕੋਈ ਡਰ ਲੱਗਦਾ ਹੈ, ਤਾਂ ਇਸੀ ਧੂਣੀ ਦਾ ਜਿਹੜਾ ਤਿਲਕ ਹੈ ਮੱਥੇ 'ਤੇ ਲਗਾ ਕੇ ਤੁਸੀਂ ਜਾਓ, ਅਤੇ ਤੁਹਾਨੂੰ ਜਿਹੜੀ ਡਰ ਹੈ ਕਦੀ ਨਹੀਂ ਲੱਗੇਗਾ, ਕਿਤੇ ਵੀ ਜਾ ਸਕਦੇ ਇਹਨੂੰ ਲਗਾ ਕੇ। ਹੁਣ ਤੁਹਾਡੇ ਕਿਤੇ ਵੀ ਕੋਈ ਮੰਨ ਲਓ ਕਿਸੇ ਸੱਟ ਦੇ ਉੱਤੇ ਜ਼ਖਮ ਹੈ ਜਿਹੜਾ ਸੁੱਕਦਾ ਨਹੀਂ ਪਿਆ, ਤਾਂ ਜਿਹੜੀ ਇਹੀ ਧੂਣੇ ਦੀ ਜਿਹੜੀ ਤੁਸੀਂ ਰਾਖ ਹੈ ਉਸ ਸੱਟ ਦੇ ਉੱਤੇ, ਉਸ ਜ਼ਖਮ ਦੇ ਉੱਤੇ ਜਦੋਂ ਲਗਾਓਗੇ, ਜਿਹੜਾ ਤੁਹਾਡਾ ਜ਼ਖਮ ਹੈ ਉਹ ਛੇਤੀ ਠੀਕ ਹੋ ਜਾਏਗਾ। ਪਰ ਇਸ ਜਿਹੜੀ ਇਹ ਜਿਹੜੀ ਤੁਸੀਂ ਧੂਣੇ ਦੀ ਜਿਹੜੀ ਰਾਖ ਹੈ ਇਹ ਤਿਆਰ ਕਰਨੀ ਹੈ ਸੋਮਵਾਰ ਨੂੰ, ਤਾਂ ਓਮ ਨਮ ਸ਼ਿਵਾਏ ਦਾ ਜਾਪ ਕਰਕੇ ਇਹ ਜਿਹੜੀ ਰਾਖ ਹੈ ਤੁਸੀਂ ਇੱਕ ਲੋਹਾਂਡੇ ਦੇ ਵਿੱਚ ਪਾ ਕੇ
ਇਹ ਲੱਕੜਾਂ ਸਾਰੀਆਂ ਜਿਹੜੀਆਂ 2 ਕਿਲੋ ਲਿਆ ਕੇ, ਅਤੇ ਕਿਲੋ ਜਿਹੜੀਆਂ ਤੁਸੀਂ ਨਿੰਮ ਦੇ ਪੱਤੇ ਲੈਣੇ ਆ, ਅਤੇ ਉਹਦੇ ਵਿੱਚ ਪਾਈਆ ਤੁਸੀਂ ਜਿਹੜੀ ਆਪਣੀ ਉਹ ਗੁੱਗਲ ਹੈ ਉਹ ਪਾ ਲੈਣੀ ਹੈ। ਇਹਦੀ ਜਿਹੜੀ ਧੂਣੀ ਆ ਦਿੰਦੇ ਹੋਏ ਹੌਲੀ ਹੌਲੀ ਧੂਣੀ ਕਰਦੇ ਕਰਦੇ ਉਹ ਨਮ ਸ਼ਿਵਾਏ ਦਾ ਜਾਪ ਕਰਦੇ ਹੋਏ ਸਾਰੀ ਧੂਣੀ ਜਿਹੜੀ ਦੇ ਕੇ ਫਿਰ ਇਹਦੀ ਤੁਸੀਂ ਰਾਖ ਤਿਆਰ ਕਰਕੇ ਇਸੀ ਰਾਖ ਦੇ ਨਾਲ ਤੁਸੀਂ ਇਹ ਸਾਰੇ ਕੰਮ ਕਰਨੇ, ਬਾਕੀ ਦੇ ਜਿਹੜਾ ਕਰਜ਼ ਮੁਕਤੀ ਵਾਲਾ ਅਤੇ ਧਨ ਪ੍ਰਾਪਤੀ ਵਾਲਾ ਜਾਂ ਬੱਚਿਆਂ ਨੂੰ ਜਿਹਨਾਂ ਨੂੰ ਵੀ ਡਰ ਲੱਗਦਾ ਹੋਵੇ ਉਸ ਰਾਖ ਦਾ ਤੁਸੀਂ ਇਸਤੇਮਾਲ ਕਰਨਾ ਹੈ। ਅਤੇ ਜੇ ਸੱਟ ਪਿੱਟ ਲੱਗਦੀ ਤੁਹਾਨੂੰ ਦੱਸਿਆ ਉੱਥੇ ਵੀ ਇਹਦਾ ਇਸਤੇਮਾਲ ਤੁਸੀਂ ਕਰ ਸਕਦੇ। ਅਤੇ ਇਹ ਜਿਹੜਾ ਸੰਜੀਵਨੀ ਬੂਟੀ ਦਾ ਇਹ ਕੰਮ ਕਰਦੀ ਹੈ ਜਿਹੜੀ ਨਿੰਮ ਦੀ ਇਹ ਛਾਲ ਆ, ਅਤੇ ਤੁਹਾਡੇ ਹਰ ਇੱਕ ਕੰਮ ਨੂੰ ਪੂਰਾ ਕਰ ਦੇਗੀ, ਹਰ ਇੱਕ ਜਿਹੜੀ ਵੀ ਦਿੱਕਤ ਤੁਹਾਡੀ ਇਹ ਦੂਰ ਕਰ ਦੇਗੀ। ਇਸ ਪ੍ਰਯੋਗ ਨੂੰ ਤੁਸੀਂ ਖੁਦ ਕਰਕੇ ਅਜਮਾ ਕੇ ਜ਼ਰੂਰ ਦੇਖਿਓ, ਕਿਉਂ ਕਰਕੇ ਸਾਡਾ ਖੁਦ ਦਾ ਇਹ ਅਜਮਾਇਆ ਹੋਇਆ ਤਰੀਕਾ ਆ ਜਿਹੜਾ ਤੁਹਾਨੂੰ ਦੇ ਰਹੇ ਹਾਂ। ਇਹਨੂੰ ਤੁਸੀਂ ਵਰਤ ਲੈਣਾ, ਇਸ ਤੋਂ ਕੰਮ ਲੈ ਲੈਣਾ, ਤੁਹਾਨੂੰ ਰਾਹ ਮਿਲ ਜਾਏਗਾ, ਸਾਡੇ ਕੰਮ ਸਾਰੇ ਰਾਸ ਆਉਣਗੇ। ਇਹ ਸਾਡੀ ਅੱਜ ਦੀ ਵੀਡੀਓ ਸੀ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ ਕਰੇ ਆ।